ਪੁਲਿਸ ਦੇ ਸ਼ਿਕੰਜੇ ਦੇ ਵਿੱਚ ਖੜੇ ਇਹ ਬਦਮਾਸ਼ ਉਹ ਨੇ ਜਿਨ੍ਹਾਂ ਦੇ ਵੱਲੋਂ ਖਡੌਣਾ ਪਿਸਤੌਲ ਦਿਖਾ ਕੇ ਪੂਰੇ ਪਰਿਵਾਰ ਨੂੰ ਬੰਧਕ ਬਣਾਇਆ ਗਿਆ, ਫਿਰ ਲੁੱਟ ਕੀਤੀ ਗਈ। ਪੁਲਿਸ ਨੇ 4 ਆਰੋਪੀਆਂ ਨੂੰ ਕਾਬੂ ਕੀਤਾ, ਨਾਲ ਹੀ 11 ਲੱਖ ਰੁਪਏ ਤੇ ਉਹੀ ਖਡੌਣਾ ਪਿਸਤੌਲ ਵੀ ਬਰਾਮਦ ਕੀਤਾ ਜਿਸ ਨੂੰ ਦਿਖਾ ਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਲੁੱਟ ਕੀਤੀ ਗਈ ਸੀ। ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ। ਹਾਲੇ ਹੋਰ ਵੀ ਇਸ ਮਾਮਲੇ ਦੇ ਨਾਲ ਜੁੜੇ ਬਦਮਾਸ਼ ਪੁਲਿਸ ਦੀ ਹਿਰਾਸਤ ਵਿੱਚੋਂ ਬਾਹਰ ਨੇ, ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਆਰੋਪੀਆਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। 11 ਲੱਖ ਰੁਪਏ ਆਰੋਪੀਆਂ ਤੋਂ ਬਰਾਮਦ ਕੀਤੇ ਗਏ ਨੇ, ਸੋਨਾ ਹਾਲੇ ਰਿਕਵਰ ਨਹੀਂ ਕੀਤਾ ਗਿਆ। ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਬਦਮਾਸ਼ ਉਹ ਨੇ ਜਿਨ੍ਹਾਂ ਨੇ ਖਡੌਣਾ ਪਿਸਤੌਲ ਦਿਖਾ ਕੇ ਸਾਰੇ ਪਰਿਵਾਰ ਨੂੰ ਘਰ ਦੇ ਵਿੱਚ ਬੰਧਕ ਬਣਾਇਆ, ਫਿਰ ਲੁੱਟ ਕੀਤੀ। ਸੋ ਪੁਲਿਸ ਦੇ ਵੱਲੋਂ ਬੜੀ ਬਰੀਕੀ ਦੇ ਨਾਲ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਇਹਨਾਂ ਬਦਮਾਸ਼ਾਂ ਦਾ ਪਰਦਾ ਫਾਸ਼ ਹੋ ਗਿਆ। ਕੀ ਮਾਮਲਾ ਸੀ ਲੁੱਟਖੋਹ ਦਾ ਤੇ ਕੀ ਉਹਨਾਂ ਗੁੱਥੀ ਸੁਲਝੀ ਸਾਰੀ? ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਜਿਹੜੀ ਹੈ ਬਹੁਤ ਵੱਡੀ ਇੱਕ ਸਫਲਤਾ ਹਾਸਲ ਹੋਈ ਹੈ ਜੀ। ਜਿਹੜੇ ਮਾਣਯੋਗ ਸਾਡੇ SSP ਸਾਹਿਬ ਸਤਿੰਦਰ ਸਿੰਘ ਜੀ, IPS, ਜਿਨ੍ਹਾਂ ਦੀ ਰਹਿਨੁਮਾਈ ਹੇਠ ਜਿਹੜਾ ਸਾਡੇ DSP ਰਾਜਕੁਮਾਰ ਜੀ, DSP ਅਜਨਾਲਾ ਅਤੇ SHO ਅਜਨਾਲਾ ਅਤੇ ਉਹਨਾਂ ਦੇ ਜਿਹੜੀ CIA ਦੀਆਂ ਵੱਖ ਵੱਖ ਟੀਮਾਂ ਜਿਹੜੀਆਂ ਇਹ ਲਾਈਆਂ ਗਈਆਂ ਸੀਗੀਆਂ, ਜਿਹੜੀ 29/3/2024 ਨੂੰ ਅਜਨਾਲੇ ਇੱਥੇ ਚਗਾਵਾਂ ਰੋਡ ਦੇ ਉੱਤੇ ਵਾਰਦਾਤ ਹੋਈ ਸੀਗੀ, ਜਿੱਥੇ 5:45 ਸਵੇਰੇ ਇਹਨਾਂ ਦੇ ਸੁਰਿੰਦਰਪਾਲ ਦੇ ਘਰੇ 5:45 3 ਲੋਕਾਂ ਨੇ ਆ ਕੇ ਪਿਸਟਲ ਦੀ ਨੋਕ ਦੇ ਉੱਤੇ ਜਿਹੜਾ ਹੈਗਾ ਉਹ ਜਦੋਂ 5:45 ਆਪਣੀ ਦੁਕਾਨ 'ਤੇ ਚੱਲੇ ਸੀਗੇ ਅਤੇ ਉਹਨਾਂ ਨੂੰ ਪਿਸਟਲ ਦੀ ਨੋਕ 'ਤੇ ਅੰਦਰ ਲਿਜਾ ਕੇ ਅਤੇ ਉਹਨਾਂ ਘਰੋਂ ਗਹਿਣੇ ਸੋਨੇ ਦੇ ਅਤੇ ਪੈਸੇ ਇਹਦੀ ਲੁੱਟ ਹੋਈ ਸੀਗੀ, ਜਿਹਨੂੰ ਸਾਡੇ ਮਾਨਯੋਗ SSP ਸਾਹਿਬ ਨੇ ਟਰੇਸ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਸੀਗਾ, ਜਿਹਦੇ ਤਹਿਤ ਸਾਨੂੰ ਅੱਜ ਇਹ ਬਹੁਤ ਵੱਡੀ ਸਫਲਤਾ ਮਿਲੀ ਆ, ਜਿਸ 'ਚ ਅਸੀਂ 4 ਜਿਹੜੇ ਦੋਸ਼ੀ ਹੈਗੇ ਆ ਉਹ ਅਸੀਂ ਗ੍ਰਿਫਤਾਰ ਕਰ ਲਏ ਆ ਔਰ ਉਹਨਾਂ ਕੋਲੋਂ ਜਿਹੜੇ ਪੈਸੇ ਹੈਗੇ ਆ ਉਹ ਅਸੀਂ ਬਰਾਮਦ ਕਰ ਲਏ ਆ, 11 ਲੱਖ ਰੁਪਈਆ, ਔਰ ਜਿਹੜਾ ਪਿਸਟਲ ਸੀਗਾ ਜੋ ਲੈ ਕੇ ਆਏ ਸੀ ਇਹ, ਉਹ ਖਿਡੌਣਾ ਪਿਸਤੌਲ ਸੀਗਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਹੈਗਾ ਪਿਆ ਹੈਗਾ। ਇਹ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਹੜਾ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ, ਉਹਦੇ 'ਚ ਇਹ ਹੈ ਵੀ ਇਹ ਇੱਥੋਂ ਰੈਕੀ ਪਹਿਲਾਂ ਕਰਦੇ ਸੀਗੇ ਔਰ ਕਿਸੇ ਕਿਸਮ ਦੀ ਇਹਨਾਂ ਨੂੰ ਜਿਹੜੀ ਦੱਸਿਆ ਗਿਆ ਵੀ ਇਸ ਬੰਦੇ ਕੋਲ ਪੈਸੇ ਹੈਗੇ ਆ, ਉਹ ਜਿਹੜਾ ਹੈਗਾ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ। ਉਹ ਤੁਹਾਨੂੰ ਕਹਾਂ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਕੇ ਇਹਨਾਂ ਬੰਦਿਆਂ ਨੂੰ ਜਾਂ ਫੜਾਂਗੇ ਉਹ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ। ਨਹੀਂ, ਇਹਨਾਂ ਨਾਲ ਹੋਰ ਵੀ ਹੈਗੇ ਆ 4 ਬੰਦੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਹੀ ਆ, ਪਰ ਇਹਨਾਂ ਨਾਲ ਜਿਹੜੇ ਪਿੱਛੇ ਕੌਨਸਪਰੈਸੀ ਵਾਲੀ ਗੱਲ ਹੈਗੀ ਆ ਜਾਂ ਜਿਸ ਬਾਰੇ ਦੱਸਿਆ ਗਿਆ ਹੈਗਾ ਉਹ ਹੋਰ ਹੈਗੇ ਆ, ਜਿਨ੍ਹਾਂ ਨੂੰ ਅਸੀਂ ਫੜਨ ਤੋਂ ਬਾਅਦ ਤੁਹਾਨੂੰ ਇਹ ਸਾਂਝੀ ਕੀਤੀ ਜਾਊਗਾ। ਮਹਿਲਾ ਵੀ ਇਨਵੋਲਵ ਹੈਗੀ ਇਸ ਮਾਮਲੇ ਵਿੱਚ? ਉਹ ਤੁਹਾਨੂੰ ਦੱਸਿਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ। ਮੈਂ ਦੱਸਿਆ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ, ਵੀ ਇਹਦੇ ਵਿੱਚ ਮਾਸਟਰ ਮਾਇੰਡ ਜਿਹੜਾ ਹੈਗਾ ਲੇਡੀ ਹੈ ਜਾਂ ਕੋਈ ਹੋਰ ਹੈਗਾ, ਉਹ ਜਿਹੜਾ ਵੀ ਮਾਸਟਰ ਮਾਇੰਡ ਹੋਊਗਾ ਉਹ ਤੁਹਾਡੇ ਸਾਹਮਣੇ ਲਿਆ ਕੇ ਅਸੀਂ ਤੁਹਾਨੂੰ ਦੱਸਾਂਗੇ। ਇਹਨਾਂ ਨੂੰ ਪੇਸ਼ ਕੀਤਾ ਗਿਆ ਅੱਜ ਔਰ ਇਹਨਾਂ ਦਾ 5 ਦਿਨ ਦਾ ਰਿਮਾਂਡ ਹੈਗਾ ਸਾਨੂੰ ਹਾਸਲ ਹੋਇਆ ਅੱਜ। ਇਹ ਜਿਹੜੇ ਮੇਨ ਦੋਸ਼ੀ ਹੈਗੇ ਇਹਨਾਂ 'ਚ ਪਹਿਲਾ ਹੈਗਾ ਅਸ਼ੋਕ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਨਿਊ ਜਵਾਹਰ ਨਗਰ ਪਟਾਲਾ ਰੋਡ ਅੰਮ੍ਰਿਤਸਰ ਦਾ, ਦੂਜਾ ਹੈਗਾ ਪਵਨ ਸ਼ਰਮਾ ਉਰਫ ਪੰਮਾ ਪੁੱਤਰ ਰਮੇਸ਼ ਚੰਦ ਵਾਸੀ ਵਾਰਡ ਨੰਬਰ 3 ਅਜਨਾਲਾ, ਇੱਕ ਤੀਜਾ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਰਵਿੰਦਰ ਸਿੰਘ ਵਾਸੀ ਵਾਰਡ ਨੰਬਰ 13 ਰਾਜਾਸਾਂਸੀ, ਅਤੇ ਚੌਥਾ ਹੈਗਾ ਨਰੇਸ਼ ਕੁਮਾਰ ਪੁੱਤਰ ਦੇਸ਼ਰਾਜ ਵਾਸੀ ਮਕਾਨ ਨੰਬਰ 1 ਅਮਰ ਐਵਨਿਊ ਕੋਟ ਰੋਡ ਅੰਮ੍ਰਿਤਸਰ। ਇਹਨਾਂ ਨੂੰ 4 ਨੂੰ ਅਸੀਂ ਗ੍ਰਿਫਤਾਰ ਕਰਕੇ
ਕੋਰਟ 'ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕਰ ਲਿਆ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਗੋਲਡ ਵੀ ਸੀਗਾ ਕਾਫੀ, ਉਹ ਸਰ ਪਤਾ ਹੈ ਉਹੀ ਨਾ ਜੀ, ਜਿਹੜਾ ਪੈਸੇ ਅਸੀਂ ਅਜੇ ਬਰਾਮਦ ਕੀਤੇ ਹੈਗੇ ਆ ਗੋਲਡ ਬਾਰੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ, ਜਦੋਂ ਪੁੱਛਗਿੱਛ ਸਾਹਮਣੇ ਆਊਗਾ ਤੁਹਾਨੂੰ ਸਭ ਸਾਂਝਾ ਕੀਤਾ। ਸਰ ਪਤਾ ਲੱਗਾ ਸੀ ਕਿ ਇਹਦੇ ਪੈਸੇ ਜਿਹੜੇ ਇਹਨਾਂ ਨੇ ਕਿੱਥੇ ਲੈ ਕੇ ਗਏ ਸੀਗੇ, ਕੀ ਕਰ ਰਹੇ ਸੀ, ਕਿੱਥੇ ਇਕੱਠੇ ਹੋਏ ਸੀ? ਇਹ ਤਾਂ ਅਜੇ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਇਹਨਾਂ ਨੂੰ ਫੜ ਕੇ ਬਰਾਮਦਗੀ ਕਰ ਕੀਤਾ ਜੀ। ਇਹਨਾਂ ਦੇ ਪੁਰਾਣਾ ਆਦਨਾ ਮੁਲਜ਼ਮ ਹੈਗੇ ਆ, ਜਿਵੇਂ ਇਹਦੇ ਵਿੱਚ ਗੁਰਪ੍ਰੀਤ ਹੋਇਆ, ਪਵਨ ਕੁਮਾਰ ਹੋਇਆ, ਅਸ਼ੋਕ ਕੁਮਾਰ ਹੋਇਆ, ਇਹਨਾਂ 'ਤੇ ਪਹਿਲਾਂ 20 ਮੁਕੱਦਮੇ ਦਰਜ ਨੇ। ਰਿਮਾਂਡ ਇਸੇ ਕਰਕੇ ਹਾਸਲ ਕੀਤਾ ਗਿਆ ਵੀ ਇਹਨਾਂ ਨੂੰ ਥੋਰਲੀ ਪੁੱਛਗਿੱਛ ਕੀਤੀ ਜਾਊਗੀ ਔਰ ਪੈਸੇ ਦਾ ਜਿਹੜਾ ਸੋਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਸਾਰੀ ਗੱਲ ਤਫਤੀਸ਼ ਦੇ ਵਿੱਚ ਲਿਆਂਦੀ ਜਾਊਗੀ। ਪਤਾ ਲੱਗਾ ਪਵਨ ਕੁਮਾਰ 'ਤੇ ਮਰਡਰ ਦਾ ਕੇਸ ਹੈ, ਉਹ ਕਿਸ ਸਟੇਜ 'ਤੇ ਆ ਜਿਹੜਾ ਮਰਡਰ ਦਾ ਮੁਕੱਦਮਾ ਸੀ? ਇਹਦੇ 'ਤੇ 302 ਦਾ ਮੁਕੱਦਮਾ ਦਰਜ ਸੀ 2004 ਦੇ ਵਿੱਚ, ਉਹਦੇ 'ਚੋਂ ਇਹ ਬਰੀ ਹੋ ਚੁੱਕਾ ਜੀ।